ਮੈਂ ਹਾਂ ਤੁਹਾਡਾ ਹੋਸਟ ਤੇ ਦੋਸਤ ਗੁਰਮੀਤ ਨਿੱਜਰ ਜੀ ਹਾਂ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸ਼ਹਿਰ ਲੁਧਿਆਣਾ ਦੀ ਮਹਾਨਗਰ ਵਜੋਂ ਜਾਣੇ ਜਾਂਦੇ ਸ਼ਹਿਰ ਲੁਧਿਆਣਾ ਵਿੱਚ ਰੋਜ਼ਾਨਾ ਵਾਪਰੀਆਂ ਘਟਨਾਵਾਂ ਅਤੇ ਗਤੀਵਿਧੀਆਂ ਨੂੰ ਤੁਹਾਡੇ ਰੂਬਰੂ ਕਰਦਾ ਹੈ ਤੁਹਾਡਾ ਆਪਣਾ ਇੰਟਰਨੈਟ ਚੈਨਲ ਫੌਕਸ ਪੰਜਾਬੀ ਸੋ ਪਾਉਂਦਿਆਂ ਇੱਕ ਨਜ਼ਰ ਸ਼ਹਿਰ ਲੁਧਿਆਣਾ ਦੀਆਂ ਵਾਪਰੀਆਂ ਘਟਨਾਵਾਂ ਅਤੇ ਗਤੀਵਿਧੀਆਂ ਤੇ ਸਿਲਾਈ ਮਸ਼ੀਨ ਉਦਯੋਗ ਨਾਲ ਸੰਬੰਧਿਤ ਤਿੰਨ ਜਥੇਬੰਦੀਆਂ ਦੀ ਇੱਕ ਇਕੱਤਰਤਾ ਸਾਂਝੇ ਤੌਰ ਤੇ MSME ਦੇ ਦਫ਼ਤਰ ਵਿਖੇ ਹੋਈ ਇਸ ਮੌਕੇ ਜਿੱਥੇ ਉਦਯੋਗ ਨਾਲ ਸੰਬੰਧਿਤ ਲਾਗੂ ਹੋਈਆਂ ਨਵੀਆਂ ਸਕੀਮਾਂ ਬਾਰੇ ਸੰਬੰਧਿਤ ਅਧਿਕਾਰੀਆਂ ਨੇ ਮੈਂਬਰਾਂ ਨੂੰ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਉੱਥੇ ਜਿਨ੍ਹਾਂ ਮੈਂਬਰਾਂ ਕੋਲ ਅਜੇ ਤੱਕ ਉਦਯੋਗ ਆਧਾਰ ਨੰਬਰ ਨਹੀਂ ਉਹਨਾਂ ਨੂੰ ਉਦਯੋਗ ਆਧਾਰ ਨੰਬਰ ਲੈਣ ਅਤੇ ਡਾਟਾ ਬੈਂਕ ਨਾਲ ਜੋੜਨ ਬਾਰੇ ਗੱਲਬਾਤ ਕੀਤੀ ਗਈ ਇਸ ਮੌਕੇ ਬੈਸਟ ਪੰਜਾਬ ਪਾਲਿਸੀ ਦੇ ਐਕਸਪਰਟ CA ਨਿਤਿਨ ਬਾਂਸਲ ਨੇ ਸਮੂਹ ਮੈਂਬਰਾਂ ਨੂੰ ਨਵੀਆਂ ਲਾਗੂ ਹੋਈਆਂ ਸਕੀਮਾਂ ਬਾਰੇ ਜਾਣੂ ਕਰਵਾਇਆ ਅਤੇ ਉਦਯੋਗ ਨਾਲ ਸੰਬੰਧਿਤ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕਰਨ ਦਾ ਭਰੋਸਾ ਵੀ ਦਿੱਤਾ ਇਸ ਮੌਕੇ ਵਿਸ਼ੇਸ਼ ਤੌਰ 'ਤੇ ਮੇਜਰ ਸਿੰਘ ਡਾਇਰੈਕਟਰ MSME ਜਗਬੀਰ ਸਿੰਘ ਸੋਖੀ ਅਮਰਜੀਤ ਸਿੰਘ ਇੰਦਰਜੀਤ ਸਿੰਘ SS ਬੇਦੀ ਅਤੇ ਕੁਲਵੰਤ ਸਿੰਘ ਨੇ ਵੀ ਇਕੱਤਰਤਾ ਨੂੰ ਸੰਬੋਧਨ ਕੀਤਾ ਅਸੀਂ ਇੱਕ ਅੱਜ ਸਵਿੰਗ ਮਸ਼ੀਨ ਡਿਵੈਲਪਮੈਂਟ ਕਲੱਬ ਨਾਲ ਪ੍ਰੋਗਰਾਮ ਕੀਤਾ ਹੈਗਾ DIC ਦੇ ਆਫਿਸ ਦੇ ਵਿੱਚ ਜਿਹੜੀ ਨਵੀਂ ਪੰਜਾਬ ਦੀ ਇੰਡਸਟਰੀਅਲ ਪੋਲਿਸੀ ਆਈ ਹੈਗੀ ਹੈ ਉਹਦੇ ਬਾਰੇ ਅਸੀਂ ਡਿਸਕਸ਼ਨ ਕੀਤੀ ਇੰਡਸਟਰੀ ਦੇ ਰਿਪ੍ਰੈਜੈਂਟ ਨੂੰ ਬੁਲਾਇਆ ਸੀ ਉਹਨਾਂ ਨੂੰ ਅਵੇਅਰਨੈਸ ਕੀਤੀ ਕਿਉਂਕਿ ਦੇਖਿਆ ਕਿ ਜਾਂਦਾ ਕਿ ਪੋਲਿਸੀਆਂ ਬਥੇਰੀਆਂ ਆਉਂਦੀਆਂ ਗਵਰਨਮੈਂਟ ਦੀਆਂ ਪਰ ਉਹਦੀ ਅਵੇਅਰਨੈਸ ਨਹੀਂ ਹੁੰਦੀ ਪਬਲਿਕ ਦੇ ਵਿੱਚ ਜਦ ਤੱਕ ਅਵੇਅਰਨੈਸ ਹੁੰਦੀ ਉਹ ਪੋਲਿਸੀ ਜਿਹੜੀ ਹੈਗੀ ਆਪਣੇ ਲਾਸਟ ਸਟੇਜਸ ਦੇ ਵਿੱਚ ਹੁੰਦੀ ਹੈ ਇਹ ਜਿਹੜੀ ਨਵੀਂ ਇੰਡਸਟਰੀਅਲ ਪੋਲਿਸੀ ਹਲੇ 7 ਅਗਸਤ ਨੂੰ ਨੋਟੀਫਾਈ ਹੋਈ ਹੈਗੀ ਹੈ ਇਹਦੀ ਡਿਟੇਲ ਗਾਈਡਲਾਈਨਸ ਆਈਆਂ ਇਹ ਮੇਜਰਲੀ ਜਿਹੜੀ ਪੋਲਿਸੀ ਹੈਗੀ MSME ਜਿਹੜੇ ਛੋਟੇ ਉੱਦਮੀ ਹੈਗੇ ਨੇ ਉਹਨਾਂ ਲਈ ਹੈਗੀ ਹੈ ਉਹਦੇ ਵਿੱਚ ਜਿਹੜੇ ਇਨਸੈਂਟਿਵਸ ਨੇ ਵੈਟ ਦੇ ਪ੍ਰੋਪਰਟੀ ਟੈਕਸ CLU EDC ਸਟੈਂਪ ਡਿਊਟੀ ਉਹ ਸਾਰੇ ਇਨਸੈਂਟਿਵਸ ਇਹਦੇ ਅੰਦਰ ਨੇ ਜਿੰਨਾ ਆਪਣਾ MSME ਦੀ ਇੰਡਸਟਰੀ ਇਹਨੂੰ ਐਗਰੈਸਿਵਲੀ ਕਰੂਗੀ ਫੋਲੋ ਅਪ ਉਨਾ ਜਲਦੀ ਇਹਨਾਂ ਨੂੰ ਇਨਸੈਂਟਿਵਸ ਮਿਲਣਗੇ ਇਹ ਜਿਹੜਾ ਪ੍ਰੋਸੈਸ ਹੈਗਾ ਸਾਰਾ ਆਨਲਾਈਨ ਹੈਗਾ ਡਿਪਾਰਟਮੈਂਟ ਇੰਡਸਟਰੀਜ਼ ਐਂਡ ਕਮਰਸ ਇਨ ਚੰਡੀਗੜ੍ਹ ਦੇ ਵਿੱਚ ਲਾਂਚ ਕੀਤਾ ਹੈਗਾ ਇਹਨੂੰ ਇਹ 1 ਸਾਲ ਦੇ ਡਿਸਕਸ਼ਨ ਤੋਂ ਬਾਅਦ ਅਤੇ ਇੰਡਸਟਰੀ ਦੇ ਫੀਡਬੈਕ ਤੋਂ ਬਾਅਦ ਪੋਲਿਸੀ ਆਈ ਹੈਗੀ ਹੈ ਅਤੇ ਇਹਦਾ ਅੱਜ ਮੋਟਿਵ ਇਹ ਸੀਗਾ ਕਿ ਇਹਦੀ ਅੱਜ ਅਵੇਅਰਨੈਸ ਹੋਵੇ ਇੰਡਸਟਰੀ ਦੇ ਵਿੱਚ ਅਤੇ ਇਹਨੂੰ ਅੱਗੇ ਅਸੀਂ ਪੰਜਾਬ ਦੀ ਇੰਡਸਟਰੀ ਨੂੰ SME ਇੰਡਸਟਰੀ ਨੂੰ ਅੱਗੇ ਵਧਾ ਸਕੀਏ ਇਹਨੂੰ ਸਿਲਾਈ ਮਸ਼ੀਨ ਉਦਯੋਗ ਨੂੰ ਰੀਪ੍ਰਜੈਂਟ ਕਰਦੀਆਂ ਤਿੰਨੋਂ ਜਥੇਬੰਦੀਆਂ ਸਵਿੰਗ ਮਸ਼ੀਨ ਡਿਵੈਲਪਮੈਂਟ ਕਲੱਸਟਰ ਲੁਧਿਆਣਾ ਸਵਿੰਗ ਮਸ਼ੀਨ ਇੰਡਸਟਰੀ ਐਸੋਸੀਏਸ਼ਨ ਔਰ ਸਵਿੰਗ ਮਸ਼ੀਨ ਅਸੈਂਬਲਰ ਐਂਡ ਡੀਲਰ ਐਸੋਸੀਏਸ਼ਨ ਵੱਲੋਂ ਸਾਂਝੇ ਤੌਰ 'ਤੇ ਅੱਜ MSME ਦਫ਼ਤਰ ਦੇ ਵਿੱਚ ਜਿਹੜੀ ਨਵੀਂ ਪੋਲਿਸੀ ਆਈ ਹੈ ਉਹਦੇ ਸੰਬੰਧੀ ਆਪਣੇ ਮੈਂਬਰਾਂ ਨੂੰ ਜਾਗਰੂਕ ਕਰਨ ਲਈ ਔਰ ਕਾਫੀ ਜ਼ਿਆਦਾ ਮੈਂਬਰਸ ਦੇ ਕੋਲ ਸਾਡੇ ਉਦਯੋਗ ਆਧਾਰ ਨੰਬਰ ਹਲੇ ਵੀ ਨਹੀਂ ਹੈਗੇ ਉਹਨਾਂ ਨੂੰ ਉਦਯੋਗ ਆਧਾਰ ਨੰਬਰ ਪ੍ਰੋਵਾਈਡ ਕਰਨ ਲਈ ਔਰ ਡਾਟਾ ਬੈਂਕ ਨਾਲ ਲਿੰਕ ਕਰਨ ਦੇ ਲਈ ਅੱਜ ਦਾ ਜਿਹੜਾ ਇਹ ਸੈਮੀਨਾਰ ਉਚੇਚੇ ਤੌਰ 'ਤੇ ਰੱਖਿਆ ਗਿਆ ਔਰ ਜਿਹੜੇ ਇਨਵੈਸਟ ਪੰਜਾਬ ਪੋਲਿਸੀ ਦੇ ਐਕਸਪਰਟ CA ਸ਼੍ਰੀ ਨਿਪੁਨ ਬਾਂਸਲ ਜੀ ਨੇ ਉਹ ਔਰ ਡਿਸਟ੍ਰਿਕਟ ਇੰਡਸਟਰੀ ਸੈਂਟਰ ਦੇ ਅਤੇ MSME ਦੇ ਜਿਹੜੇ ਆਫਿਸਰ ਸਾਹਿਬਾਨ ਨੇ ਅੱਜ ਸਾਡੇ ਮੈਂਬਰਸ ਨੂੰ ਇਹਦੇ ਬਾਰੇ ਜਾਣਕਾਰੀ ਵੀ ਦੇਣਗੇ ਔਰ ਜਿਹੜੀਆਂ ਇੰਡਸਟਰੀ ਨੂੰ ਦਰਪੇਸ਼ ਸਮੱਸਿਆਵਾਂ ਆ ਉਹਦੇ 'ਤੇ ਵੀ ਅਸੀਂ ਨਾਲ ਡਿਸਕਸ ਕਰਨਾ ਕਿਉਂਕਿ ਜਿਹੜਾ ਸਭ ਤੋਂ ਵੱਡਾ ਬਰਨਿੰਗ ਇਸ਼ੂ ਹੈ ਸਟੀਲ ਪ੍ਰਾਈਜ਼ ਅੱਜ ਦਾ ਤਾਜ਼ਾ ਜਿਹੜਾ ਰੇਟ ਆ 1000 ਰੁਪਏ ਟਨ ਹੋਰ ਛਾਲ ਮਾਰ ਗਿਆ ਸਾਨੂੰ ਆਪਣੇ ਕਾਰੋਬਾਰਾਂ ਨੂੰ ਚਲਾਉਣਾ ਬਹੁਤ ਮੁਸ਼ਕਲ ਹੋ ਰਿਹਾ ਥੋੜ੍ਹੇ ਹੀ ਸਮੇਂ ਦੇ ਵਿੱਚ ਜਿਹੜੀ ਸਿੱਲੀ ਹੈ ਉਹ 27-28 ਰੁਪਏ ਤੋਂ ਵੱਧਦੀ ਅੱਜ 39 ਰੁਪੀਸ 'ਤੇ ਪਹੁੰਚ ਗਈ ਹੈ ਔਰ ਜਿਹ 'ਚ ਕੋਈ ਬ੍ਰੇਕ ਨਜ਼ਰ ਨਹੀਂ ਆ ਰਹੀ ਅਤੇ ਸਮਾਲ ਸਕੇਲ ਸੈਕਟਰ ਖਾਸ ਕਰਕੇ ਸਿਲਾਈ ਮਸ਼ੀਨ ਸੈਕਟਰ ਸਾਡੇ ਮੈਂਬਰਸ ਨੂੰ ਇਹ ਸਮਝ ਨਹੀਂ ਆ ਰਹੀ ਕਿ ਕਾਰੋਬਾਰ ਨੂੰ ਕਿਵੇਂ ਕੀਤਾ ਜਾਵੇ ਇਹ ਸਾਰੀਆਂ ਸਮੱਸਿਆਵਾਂ ਅਤੇ ਜਿਹੜੀਆਂ ਸਕੀਮਾਂ ਦਾ ਅੱਜ ਅਸੀਂ ਇੱਥੇ ਡਿਸਕਸ ਕਰਾਂਗੇ ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ ਕੈਮਰਾਮੈਨ ਰਵੀ ਸ਼ਰਮਾ ਦੇ ਨਾਲ Fox.Punjabi ਯੂਅਰ ਸਿਟੀ ਯੂਅਰ ਨਿਊਜ਼ ਦੋਸਤੋ ਰੋਜ਼ਾਨਾ ਦੀ ਤਰ੍ਹਾਂ ਨਵੀਆਂ ਘਟਨਾਵਾਂ ਅਤੇ ਗਤੀਵਿਧੀਆਂ 'ਤੇ ਨਜ਼ਰ ਰੱਖਣ ਲਈ ਹਮੇਸ਼ਾ ਫੌਕਸ ਪੰਜਾਬੀ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਸੀਂ ਰਹਾਂਗੇ ਹਮੇਸ਼ਾ ਤੁਹਾਡੇ ਨਾਲ